ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋ ਸਤਿਕਾਰ ਜੋ ਗੁਰੂ ਕੇ ਸਾਜਨ ਵਾਜੇ ਪੰਥ ਖਾਲਸਾ ਜੀ। ਆਓ ਸਾਰੇ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਧਾਰਮਿਕ ਰਾਜਨੀਤਿਕ ਬਚੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਬਚੇ ਬਜ਼ੁਰਗ ਨੌਜਵਾਨ ਮਾਤਾਵਾਂ ਬੀਬੀਆਂ ਭੈਣਾਂ ਜੋ ਬਰਗਾੜੀ ਦੀ ਦਾਣਾ ਮੰਡੀ ਵਿੱਚ ਇਨਸਾਫ ਮੋਰਚੇ ਦੇ 119ਵੇਂ ਦਿਨ ਤੇ ਆਪਣਾ ਸਮਰਥਨ ਦੇਣ ਵਾਸਤੇ ਹਾਜ਼ਰੀਆਂ ਲਵਾਉਣ ਵਾਸਤੇ ਇੱਥੇ ਪਹੁੰਚੇ ਆ। ਸਰਬੰਸ ਦਾਨੀ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਮਰਦੇ ਅਗੰਬੜੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰ ਫਤਿਹ ਦੀ ਸਾਨ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਦਾ ਗੋਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਰਵ ਮਨੁੱਖਤਾ ਦੇ ਸਾਂਝੇ ਰਹਿਬਰ ਸਰਵ ਮਾਨਵਤਾ ਦੇ ਮਾਰਗ ਦਰਸ਼ਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਕਰੋ ਕੋਈ ਵੀ ਰਸਨਾ ਬਾਜੀ ਨਾ ਰਹੇ ਜਿੱਥੇ ਤੱਕ ਆਵਾਜ਼ ਜਾਂਦੀ ਹੈ ਸਾਰੇ ਮਾਈ ਭਾਈ ਸੁਰਤੀਆਂ ਬਿਰਤੀਆਂ ਕਾਗਰ ਕਰੋ ਅਤੇ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ ਇਨਸਾਫ ਮੋਰਚਾ ਅੱਜ 119ਵੇਂ ਦਿਨ ਚ ਦਾਖਲ ਹੋਇਆ। ਬਿਆਨ ਰਾਗੀ ਢਾਡੀ ਪ੍ਰਚਾਰਕ ਕਥਾ ਕੀਰਤਨ ਕਰਨ ਵਾਲੇ ਗੁਰਮੁਖਾਂ ਨੇ ਆਪ ਜੀ ਨੂੰ ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਦੇ ਨਾਲ ਜੋੜਿਆ। ਮਹਾਂਪੁਰਸ਼ਾਂ ਨੇ ਵਚਨ ਸੁਣਾਏ ਆ। ਧਾਰਮਿਕ ਰਾਜਨੀਤਿਕ ਆਗੂਆਂ ਨੇ ਮੌਕੇ ਦੇ ਹਾਲਾਤਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹੈ ਔਰ ਬਰਗਾੜੀ ਇਨਸਾਫ ਮੋਰਚੇ ਦੇ ਬਾਬਤ ਭਰਪੂਰ ਚਾਨਣਾ ਪਾਇਆ ਜਿਹਨਾਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਇਨਸਾਫ ਮੋਰਚਾ 1 ਜੂਨ ਤੋਂ ਲਗਾਤਾਰ ਜਾਰੀ ਹੈ। ਉਸ ਬਾਬਤ ਵਿਸਥਾਰ ਸਹਿਤ ਆਪ ਸੰਗਤਾਂ ਨੂੰ ਜਾਣਕਾਰੀ ਦਿੱਤੀ ਹੈ। ਦੇਸਾਂ ਪ੍ਰਦੇਸਾਂ ਤੋਂ ਸਿੱਖ ਸੰਗਤਾਂ ਇਸ ਮੋਰਚੇ ਦਾ ਸਮਰਥਨ ਕਰ ਰਹੀਆਂ ਹੈ। ਵੱਖ ਵੱਖ ਧਰਮਾਂ ਭਾਈਚਾਰਿਆਂ ਦੇ ਲੋਕ ਤਨ ਮਨ ਧਨ ਦੇ ਨਾਲ ਇਸ ਮੋਰਚੇ ਦਾ ਸਮਰਥਨ ਕਰ ਰਹੇ ਹੈ। ਮਾਝੇ ਮਾਲਵੇ ਦੁਆਬੇ ਭਾਰਤ ਦੀਆਂ ਵੱਖ ਵੱਖ ਸਟੇਟਾਂ ਤੇ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਇੱਥੇ ਪੁੱਜ ਕੇ ਇਸ ਇਨਸਾਫ ਮੋਰਚੇ ਦਾ ਸਮਰਥਨ ਕਰ ਰਹੀਆਂ, ਕਿਉਂਕਿ ਮੋਰਚਾ ਇਨਸਾਫ ਦਾ ਮੋਰਚਾ ਹੈ। ਇਹ ਕਿਸੇ ਧੜੇ ਦਾ ਨਹੀਂ, ਪਾਰਟੀ ਦਾ ਨਹੀਂ, ਇਹ ਵਿਅਕਤੀਗਤ ਮੋਰਚਾ ਨਹੀਂ। ਅੱਜ ਇਹ ਮੋਰਚਾ ਪੂਰੀ ਕੌਮ ਦਾ, ਪੂਰੇ ਪੰਥ ਦਾ, ਪੂਰੇ ਇਨਸਾਫ ਪਸੰਦ ਲੋਕਾਂ ਦਾ ਮੋਰਚਾ ਬਣ ਚੁੱਕਿਆ ਹੈ ਕਿ ਆਖਿਰ ਕੌਣ ਲੋਕ ਨੇ ਜਿਹਨਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਵਾਈ। ਕੌਣ ਲੋਕ ਨੇ ਉਹ ਜਿਹਨਾਂ ਨੇ ਸਾਥ ਲਈ ਬੈਠੇ ਸਿੰਘਾਂ ਨੂੰ ਗੋਲੀਆਂ ਮਾਰੀਆਂ ਤੇ ਕਿਹਨਾਂ ਨੇ ਹੁਕਮ ਦਿੱਤਾ ਉਹ ਸਾਰੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕੇ ਜਾਣ ਔਰ ਸਾਡੇ ਸਿੱਖ ਸੰਘਰਸ਼ ਦੇ ਯੋਧੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਹਨਾਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਇਨਸਾਫ ਮੋਰਚਾ ਚੱਲ ਰਿਹਾ। ਆਪ ਸਰਬੱਤ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਰਾਜਨੀਤਿਕ ਜਥੇਬੰਦੀਆਂ, ਉਦਾਸੀ ਨਿਰਮਲ ਮਹਾਤਮਾ ਕਾਰ ਸੇਵਾ ਵਾਲੇ ਨਿਹੰਗ ਸਿੰਘ ਜਥੇਬੰਦੀਆਂ, ਸੰਤ ਮਹਾਂਪੁਰਸ਼, ਪੰਚ ਸਰਪੰਚ, ਨਗਰ ਪੰਚਾਇਤਾਂ ਜੋ ਇਸ ਮੋਰਚੇ ਦਾ ਸਮਰਥਨ ਕਰ ਰਹੇ ਹੋ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਜੋ ਲਗਾਤਾਰ 1 ਜੂਨ ਤੋਂ ਮੋਰਚੇ ਤੇ ਬੈਠੇ ਹੈ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਤੇ ਦਾਸ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ। ਵੱਡੇ ਵੱਡੇ ਸੰਗਤਾਂ ਦੇ ਕਾਫਲੇ ਜਥੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਪੁੱਜ ਰਹੇ ਹੈ। ਗੁਰੂ ਦੀਆਂ ਸੰਗਤਾਂ ਗੁਰੂ ਕੇ ਲੰਗਰ ਬਣਾ ਕੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਸੰਗਤਾਂ ਲਈ ਲੈ ਕੇ ਆ ਰਹੀਆਂ ਨੇ। ਸਾਡੇ ਕੋਲ ਸ਼ਬਦ ਨਹੀਂ ਜਿਹਨਾਂ ਸ਼ਬਦਾਂ ਦੇ ਨਾਲ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ। ਅਸੀਂ ਇਕੱਲੇ ਇਕੱਲੇ ਮਾਈ ਭਾਈ ਦੇ ਚਰਨਾਂ ਤੇ ਨਤਮਸਤਕ ਹਾਂ ਜਿਹਨਾਂ ਦੇ ਸਹਿਯੋਗ ਦੇ ਨਾਲ ਇਹ ਇਨਸਾਫ ਮੋਰਚਾ ਪੂਰੇ ਅਮਨ ਸ਼ਾਂਤਮਈ ਚੜ੍ਹਦੀ ਕਲਾ ਦੇ ਨਾਲ 4 ਮਹੀਨੇ ਪੂਰੇ ਕਰਨ ਜਾ ਰਿਹਾ ਹੈ। ਗੁਰੂ ਪਿਆਰਿਓ, ਇਹ
ਤੁਹਾਡੇ ਸਾਰਿਆਂ ਦੇ ਪਿਆਰ ਸਰਕਾਰ ਦੀ ਬਦੌਲਤ ਹੈ। ਤੁਸੀਂ ਪਹਿਲੇ ਦਿਨ ਤੋਂ ਬੜਾ ਭਰਪੂਰ ਸਮਰਥਨ ਦਿੱਤਾ ਤਨ ਮਨ ਧਨ ਦੇ ਨਾਲ, ਤਾਂ ਹੀ ਅੱਜ ਭਾਵੇਂ 121ਵਾਂ ਦਿਨ ਹੈ ਪਰ ਸਿੱਖ ਸੰਗਤਾਂ ਦੇ ਜਥੇ ਤੇ ਕਾਫਲੇ ਮਹੀਰਾਂ ਘੱਟ ਕੇ ਆ ਰਹੇ ਹੈ। ਬੜਾ ਗੁਮਰਾਹਕੁਨ ਪ੍ਰਚਾਰ ਦੋਸ਼ੀਆਂ ਨੇ, ਪੰਥ ਦੋਖੀਆਂ ਨੇ, ਬਾਦਲਕਿਆਂ ਨੇ ਕੀਤਾ। ਕਦੇ ਆਈ ਐ ਸ਼ਾਹੀ, ਕਦੇ ਕਾਂਗਰਸੀ ਇਕੱਠ, ਕਦੇ ਮਾਲ ਕੂੜਿਆਂ ਖੀਰਿਆਂ ਜਲੇਬੀਆਂ ਦਾ ਜ਼ਿਕਰ, ਕਦੇ ਵਿਦੇਸ਼ੀ ਫੰਡਿੰਗ ਦਾ ਜ਼ਿਕਰ, ਇਦਾਂ ਦੀਆਂ ਇਲਜ਼ਾਮਬਾਜ਼ੀਆਂ ਕਰਕੇ ਇਸ ਮੋਰਚੇ ਨਾ ਭੰਡਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਹੀ ਕੰਪਟ ਕੇ ਜਿਨ੍ਹਾਂ ਨੇ ਇਸ ਮੋਰਚੇ ਨੂੰ ਮਿਲੀਟੈਂਟਾਂ ਦਾ ਇਕੱਠ ਦੱਸਿਆ, ਪਰ ਉਹਨਾਂ ਸਾਰੇ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ ਹੈ। ਸਿੱਖ ਸੰਗਤਾਂ ਨੇ, ਇਨਸਾਫ ਪਸੰਦ ਲੋਕਾਂ, ਸਾਡੇ ਸਿੱਖ ਹਿੰਦੂ ਮੁਸਲਮਾਨ ਈਸਾਈ ਭਰਾਵਾਂ ਨੇ ਜਿਨ੍ਹਾਂ ਨੇ ਦੱਸ ਦਿੱਤਾ ਕਿ ਜਿਹੜੇ ਇਨਸਾਫ ਪਸੰਦ ਲੋਕ ਸਰਬੰਧ ਖਾਲਸਾ ਦੇ ਜਥੇਦਾਰ, ਇਹ ਸੰਤ ਮਹਾਂਪੁਰਖ ਰਾਗੀ ਢਾਡੀ ਪ੍ਰਚਾਰਕ, ਇਹ ਗੁਰੂ ਦੀਆਂ ਸੰਗਤਾਂ ਇਨਸਾਫ ਪਸੰਦ ਹੈ। ਜਿਹੜਾ ਕੈਪਟਨ ਕਹਿੰਦਾ ਹੈ ਮਿਲੀਟੈਂਟ ਹੈ, ਅੱਜ ਇਹਨਾਂ ਸੰਗਤਾਂ ਨੇ ਪੰਥ ਨੇ ਦੱਸ ਦਿੱਤਾ ਕਿ ਇਹ ਤਾਂ ਇਨਸਾਫ ਪਸੰਦ ਨੇ ਪਰ ਤੁਸੀਂ ਮਿਲੀ ਬੱਗ ਹੋ, ਮਿਲੀਟੈਂਟ ਨੇ ਮਿਲੀ ਬੱਗ ਨਰਮੇ ਨੂੰ ਪਈ ਸੀ ਨਾ ਪਿੱਛੇ ਜੇ ਖਤਮ ਕਰਤਾ ਨਰਮਾ, ਇਹ ਬਾਦਲ ਦੇ ਕੈਪਟਨ ਤੇ ਮਿਲੀ ਬੱਗ ਆ ਜਿਹੜੇ ਪੰਥ ਦੇ ਪੰਜਾਬ ਨੂੰ ਪਏ ਹੈ ਤੇ ਪੰਥ ਦੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ, ਰੈਲੀਆਂ ਦੇ ਨਾਂ ਤੇ ਧਿਆਨ ਭਟਕਾਉਣਾ ਚਾਹੁੰਦੇ ਆ ਸੰਗਤਾਂ ਦਾ। ਬੜੀ ਗੁਮਰਾਹਕੁਨ ਬਿਆਨਬਾਜ਼ੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਅੱਜ ਵੀ ਦੇਖੋ ਬਰਗਾੜੀ ਦੀ ਦਾਣਾ ਮੰਡੀ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਜੁੜ ਬੈਠੀਆਂ ਨੇ, ਪੰਥ ਦੇ ਸਰਕਾਰ ਲੋਕ ਸੰਤ ਮਹਾਂਪੁਰਸ਼ ਜੁੜ ਬੈਠੇ ਹੈ। ਆ ਪਿਛਲੇ ਦਿਨੀ ਫਰੀਦਕੋਟ ਤੋਂ ਕਿਸੇ ਸਾਡੇ ਪੱਤਰਕਾਰ ਵੀਰ ਨਾ ਗੁਰਮੁਖ ਪਿਆਰੇ ਕਿਸੇ ਪੰਥ ਲੋਕੀ ਬਾਦਲ ਕੇ ਕੈਪਟਨ ਕੇ ਨੇ ਜਿਹੜੀ ਪੇਡ ਨਿਊਜ਼ ਲਵਾਈ ਕਿ ਮੋਰਚੇ ਚ ਸੰਗਤਾਂ ਘਟ ਗਈਆਂ, ਮੋਰਚੇ ਚ ਬੇਵਿਸ਼ਵਾਸੀ ਪੈਦਾ ਹੋ ਗਈ। ਬੜਾ ਗੁਰਮੁਖ ਪਿਆਰੇ ਬਿਆਨਬਾਜ਼ੀ ਇੱਕ ਪੰਜਾਬੀ ਅਖਬਾਰ ਵਿੱਚ ਕੀਤੀ ਗਈ, ਪਰ ਯਾਰ ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਕਿ ਉਹ ਬਾਦਲ ਤੇ ਕੈਪਟਨਕਿਆਂ ਦੇ ਢਹੇ ਨਾ ਚੜ ਕੇ ਖੁਦ ਬਰਗਾੜੀ ਦੀ ਦਾਣਾ ਮੰਡੀ ਵਿੱਚ ਆ ਕੇ ਦੇਖਿਆ ਕਿੰਨੇ ਪੱਤਰਕਾਰ ਵੀਰ ਰੋਜ਼ਾਨਾ ਇੱਥੇ ਜੋ ਵਰਤ ਰਿਹਾ, ਜੋ ਵਰਤਾਰਾ ਉਹਨੂੰ ਸੱਚ ਬਿਆਨ ਕਰਦੇ ਆ, ਉਹ ਬਰਗਾੜੀ ਤਾਂ ਤੇ ਵੱਖ ਵੱਖ ਸੋਸ਼ਲ ਮੀਡੀਆ ਦੇ ਉੱਤੇ। ਪਰ ਜਿਸ ਵੀਰ ਨੇ ਇਸ ਤਰ੍ਹਾਂ ਦੀ ਗੁਮਰਾਹਕੁਨ ਪ੍ਰਚਾਰਬਾਜ਼ੀ, ਮੈਂ ਸਮਝਦਾ ਕਿਸੇ ਬਾਦਲ ਕੇ ਕੈਪਟਨ ਕੇ ਦੇ ਢਹੇ ਚੜ ਕੇ ਉਹਨੇ ਗੁਮਰਾਹਕੁਨ ਬਿਆਨ ਲਾਇਆ ਪਰ ਸੰਗਤਾਂ ਨੇ ਨਕਾਰਿਆ। ਪਹਿਲਾਂ ਵੀ ਇੱਕ ਅਖਬਾਰ ਨੇ ਕੁਝ ਦਿਨਾਂ ਬਾਅਦ ਹੀ ਆਖਿਆ ਸੀ ਬਾਬੇ ਥੱਕੇ ਆ, ਪਰ ਬਾਬੇ ਥੱਕੇ ਨੀ, ਸਾਡਾ ਤੇ ਪੰਥ ਏਡਾ ਵਿਸਾਲ ਹੈ ਕਿ ਮਹਾਂਪੁਰਖ ਬਾਬੇ ਤਾਂ ਨਿਤ ਗੁਰਮੁਖ ਪਿਆਰੇ, ਕਦੇ ਕੋਈ ਸੰਸਰਦਾ, ਕਦੇ ਕੋਈ ਸੰਸਰਦਾ, ਕਦੇ ਕੋਈ ਜਥੇਬੰਦੀ, ਜਿਵੇਂ ਅੱਜ ਪੰਥ ਦੇ ਸਰਕਾਰ ਦੇ ਸੰਸਾਰ ਪੁਰਸ਼ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹ ਵੀ ਇੱਥੇ ਆਇਆ, ਜਿਨ੍ਹਾਂ ਦੇ ਵਡੇਰੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਕਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਧਰਮ ਯੁੱਗ ਮੋਰਚੇ ਚ ਪੂਰਨ ਸਹਿਯੋਗ ਦਿੱਤਾ, ਜਥੇ ਲੈ ਕੇ ਆਉਂਦੇ ਰਹੇ। ਤੇ ਜੇ ਮੈਂ ਨਾ ਭੁੱਲਦਾ ਹੋਵਾਂ ਤੇ ਉਸ ਧਰਮ ਯੁੱਗ ਮੋਰਚੇ ਦੇ ਦੌਰਾਨ ਹੀ ਉਹਨਾਂ ਗੁਰਮੁਖ ਪਿਆਰੇ ਸੱਚਖੰਡ ਬਿਆਨਾ ਕੀਤਾ, ਉਹਨਾਂ ਮਹਾਂਪੁਰਖਾਂ ਨੇ ਧਰਮ ਦੀ ਸੇਵਾ ਨਿਭਾਉਂਦੇ ਆ ਬਹੁਤ ਵੱਡੀ, ਜਿਹਨਾਂ ਦੀ ਪੰਥ ਵਿੱਚ ਕੌਮ ਵਿੱਚ ਸੇਵਾ ਘਾਲਣਾ ਕਮਾਈ ਵਾਲੇ ਜਪੀ ਤਪੀ ਤਪਸਵੀ ਮਹਾਂਪੁਰਖ, ਅੱਜ ਉਹਨਾਂ ਦੇ ਅਸਥਾਨ ਤਾਂ ਗੁਰਮੁਖ ਪਿਆਰਿਆਂ ਦੇ ਵਰਸਾਏ ਸਿੰਘ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਆਪਣੇ ਸਾਥੀਆਂ ਸਮੇਤ, ਸੰਗਤਾਂ ਸੇਵਾਦਾਰਾਂ ਸਮੇਤ, ਰਾਗੀ ਜਥਾ ਕਥਾ ਵਾਚਕ ਸਮੇਤ ਅੱਜ ਉਹਨਾਂ ਨੇ ਇੱਥੇ ਹਾਜ਼ਰੀ ਭਰੀ ਹੈ। ਮੈਂ ਗੁਰਮੁਖ ਪਿਆਰੇ ਅਕਸਰ ਬੇਨਤੀ ਕਰਦਾ ਹੁੰਦਾ, ਕੋਈ ਅੱਜ ਆਇਆ ਕੋਈ ਕੱਲ ਆਇਆ, ਇਹ ਗੁਰੂ ਨਾਨਕ ਦਾ ਪੰਥ, ਗੁਰੂ ਗੋਬਿੰਦ ਸਿੰਘ ਦਾ ਪੰਥ ਮਿਸਾਲ ਹੈ। ਕੋਈ ਮਹਾਂਪੁਰਖ ਅੱਜ, ਕੋਈ ਕੱਲ, ਕੋਈ ਸੰਸਰਦਾਵਾਂ, ਕੋਈ ਰਾਗੀ ਢਾਡੀ ਪ੍ਰਚਾਰਕ, ਕੋਈ ਅੱਜ ਕੋਈ ਕੱਲ, ਗੁਰਮੁਖ ਪਿਆਰੇ ਆਏ ਦਿਨ ਮਹਾਂਪੁਰਖ ਸੰਸਰਦਾਵਾਂ ਇੱਥੇ ਹਾਜ਼ਰੀ ਲਵਾ ਰਹੀਆਂ, ਧਾਰਮਿਕ ਰਾਜਨੀਤਿਕ ਆਗੂ ਸਨਮਾਨ ਇੱਥੇ ਹਾਜ਼ਰੀ ਲਵਾ ਰਹੇ ਹੈ। ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ। ਮੈਂ ਉਹੋ ਜਿਹੇ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਨਾ ਤੇ ਬਾਬੇ ਥੱਕੇ ਆ,
ਨਾ ਸੰਗਤਾਂ ਥੱਕੀਆਂ, ਨਾ ਜਥੇਦਾਰ ਥੱਕੇ ਆ। ਇਹਦੇ ਗੁਰੂ ਦਾ ਉਹ ਆਸਰਾ ਲੈ ਕੇ ਬੈਠੇ ਆਪਣਾ ਫਰਜ਼ ਨਿਭਾ ਰਹੇ ਆ। ਗੁਰਬਾਣੀ ਦਾ ਵਚਨ ਸਾਹਿਬ ਸੰਕਟ ਵੈ ਸੇਵਕ ਭਜੈ, ਚਿਰੰਕਾਰ ਦਾ ਜੀਵੈ ਡੋਉ ਕੁਲ ਲਜੈ। ਗੁਰੂ ਸੰਕਟ ਵਿੱਚ ਹੋਵੇ ਤੇ ਸੇਵਕ ਭੱਜ ਜਾਵੇ, ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਸਿੱਖ ਬਰਗਾੜੀ ਨਾ ਆਵੇ। ਇਹ ਹੋ ਨਹੀਂ ਸਕਦਾ। ਜਿਹੜਾ ਗੁਰੂ ਨਾਨਕ ਦਾ ਸਿੱਖ ਸੰਤ ਮਹਾਂਪੁਰਸ਼ ਆ ਉਹ ਬਰਗਾੜੀ ਦੀ ਧਰਤੀ ਤੇ ਆਵੇਗਾ। ਜਿਹੜਾ ਗੁਰਮੁਖ ਪਿਆਰੇ ਗੁਰੂ ਦਾ ਸੇਵਕ ਸਿੱਖ ਨਾ ਹੋਇਆ, ਬਾਦਲ ਕਿਆਂ ਵਰਗਾ ਪੰਥ ਲੋਕੀ ਹੋਇਆ, ਉਹ ਭਾਵੇਂ ਨਾ ਆਵੇ, ਪਰ ਜਿਹੜਾ ਗੁਰੂ ਦਾ ਸਿੱਖ ਆ, ਜਿਵੇਂ ਸਤਿਗੁਰ ਦੀ ਬਾਣੀ ਕਹਿੰਦੀ, ਉਹ ਸਿੱਖ ਨਹੀਂ ਸੇਵਕ ਨਹੀਂ ਆ। ਕਿ ਗੁਰੂ ਦੀ ਬੇਅਦਬੀ ਜਾਂ ਗੁਰੂ ਸੰਕਟ ਹੋਵੇ ਉੱਤੇ ਸੇਵਕ ਭੱਜ ਜਾਵੇ, ਇਹੋ ਜਿਹਾ ਬੰਦਾ ਬਹੁਤਾ ਚਿਰ ਨਹੀਂ ਆਉਂਦਾ, ਬਹੁਤਾ ਚਿਰ ਨਹੀਂ ਉਹਦਾ ਸੰਸਾਰ ਤੇ ਨਾ ਰਹਿੰਦਾ। ਉਹ ਆਪਣੀਆਂ ਦੋਵਾਂ ਕੁੱਲਾਂ ਨੂੰ ਲਾਜ ਲਵਾ ਜਾਂਦਾ, ਨਾਨਕਿਆਂ ਦੀ ਕੁੱਲ ਤੇ ਦਾਦਕਿਆਂ ਦੀ ਕੁੱਲ, ਆਪਣੇ ਬਾਪ ਦੀ ਕੁੱਲ ਤੇ ਆਪਣੀ ਮਾਂ ਦੀ ਕੁੱਲ, ਦੋਵਾਂ ਨੂੰ ਦਾਦ ਲਾਉਂਦਾ। ਜਿਹੜਾ ਗੁਰਮੁਖ ਪਿਆਰਿਓ ਸਾਹਿਬ ਸੰਕਟ ਵਿੱਚ ਹੋਵੇ ਤੇ ਸੇਵਕ ਭੱਜ ਜਾਵੇ, ਗੁਰੂ ਦੀ ਬੇਅਦਬੀ ਹੋਈ ਹੋਵੇ, ਸਿੱਖ ਸ਼ਹੀਦ ਕਰ ਦਿੱਤੇ ਹੋਣ, ਲੰਬੇ ਸਮੇਂ ਤੋਂ ਸਿੱਖ ਜੇਲ੍ਹਾਂ ਚ ਨਜ਼ਰਬੰਦ ਹੋਣ, ਤੇ ਉਹ ਆਪਣੀਆਂ ਰਾਜਨੀਤੀਆਂ ਜਾਂ ਆਪਣੇ ਗਿਰੇ ਸ਼ਿਕਵੇ ਜਾਂ ਆਪਣਾ ਤੋਰੀ ਫੁਲਕਾ ਜਾਂ ਆਪਣੀਆਂ ਡੇਰੇਦਾਰੀਆਂ ਜਾਂ ਆਪਣੀਆਂ ਗੱਡੀਆਂ ਸਿਆਸਤਾਂ ਹੀ ਵੇਖੀ ਜਾਣ, ਉਹ ਗੁਰੂ ਕੇ ਸੇਵਕ ਸਿੱਖ ਨਹੀਂ ਹੋ ਸਕਦੇ। ਸਾਨੂੰ ਸਭ ਦੀ ਉਡੀਕ ਹੈ ਤੇ ਸਾਡਾ ਭਰੋਸਾ ਗੁਰੂ ਤੇ, ਤੇ ਸਾਨੂੰ ਵਿਸ਼ਵਾਸ ਹੈ ਕਿ ਸਾਰੇ ਵਾਰੀ ਵਾਰੀ ਇੱਥੇ ਆਉਣਗੇ, ਸਾਰੇ ਸੰਸਾਰ ਯੋਗ ਨੇ। ਬਾਬਾ ਸੇਵਾ ਸਿੰਘ ਹੋਣਾ ਵੱਲੋਂ ਆਪ ਭਾਵੇਂ ਵਿਦੇਸ਼ ਵਿੱਚ ਸਨ, ਉਹਨਾਂ ਦੇ ਜਥੇ ਇੱਥੇ ਆਏ, ਉਹਨਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਹਾਂਪੁਰਖ ਜਥੇ ਆਉਣਗੇ। ਉਹਨਾਂ ਨੇ ਬੜੀ ਵੱਡੀ ਗੱਲ ਸਟੇਜ ਤੇ ਕਹੀ ਹੈ। ਮੈਂ ਸੰਗਤਾਂ ਨੂੰ ਕਹੂੰਗਾ ਕਿ ਚੜ੍ਹਦੀ ਕਲਾ ਦੇ ਜੈਕਾਰੇ ਦੀ ਗੂੰਜ ਵਿੱਚ ਉਸ ਗੱਲ ਦਾ ਸਵਾਗਤ ਕਰਨਾ ਚਾਹੀਦਾ ਕਿ ਕੈਪਟਨ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਉਣ ਵਾਸਤੇ ਮਹਾਂਪੁਰਸ਼ਾਂ ਨੂੰ ਸੁਲਤਾਨਪੁਰ ਲੋਧੀ ਸੱਦਿਆ ਗਏ ਸਨ ਤੇ ਇਹਨਾਂ ਨੇ ਫੈਸਲਾ ਦੇ ਦਿੱਤਾ। ਮਹਾਂਪੁਰਖਾਂ ਨੇ, ਉਹ ਚਾਹੇ ਬਾਬਾ ਸਰਬਜੋਤ ਸਿੰਘ ਬੇਦੀ ਨੇ, ਚਾਹੇ ਬਾਬਾ ਸੇਵਕ ਸਿੰਘ ਰਾਮਪੁਰ ਖੇੜਾ, ਚਾਹੇ ਬਾਬਾ ਹਰੀ ਸਿੰਘ ਢਾਬਿਆਂ ਵਾਲੇ, ਉਹਨਾਂ ਦੇ ਸਪੁੱਤਰ ਵੀ ਕਈ ਵਾਰ ਹਾਜ਼ਰੀ ਲਵਾ ਕੇ ਗਏ ਆ, ਜਾਂ ਹੋਰ ਜਿੰਨੇ ਵੀ ਮਹਾਂਪੁਰਸ਼ ਨੇ, ਇਹਨਾਂ ਨੇ ਕਹਿ ਦਿੱਤਾ ਕਿ ਕੈਪਟਨ ਸਰਕਾਰ, ਜੇ ਬਰਗਾੜੀ ਦੇ ਇਨਸਾਫ ਮੋਰਚੇ ਦੀਆਂ ਮੰਗਾਂ ਨਹੀਂ ਮੰਨੇਗੀ ਤੇ ਅਸੀਂ ਕੈਪਟਨ ਸਰਕਾਰ ਵੱਲੋਂ ਮਨਾਏ ਸ਼ਤਾਬਦੀ ਪ੍ਰੋਗਰਾਮਾਂ ਚ ਨਹੀਂ ਜਾਵਾਂਗੇ। ਅਸੀਂ ਧੰਨਵਾਦ ਕਰਦੇ ਇਹਨਾਂ ਦਾ, ਇਹਨਾਂ ਨੇ ਇਨਸਾਫ ਮੋਰਚੇ ਦਾ ਸਮਰਥਨ ਜਥੇਦਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਕੀਤਾ, ਕਿਉਂਕਿ ਮੋਰਚਾ ਗੁਰੂ ਦਾ, ਮੋਰਚਾ ਇਨਸਾਫ ਦਾ, ਮੋਰਚਾ ਪੰਥ ਦਾ, ਮੋਰਚਾ ਕੌਮ ਦਾ, ਤੇ ਜਿਹੜਾ ਗੁਰੂ ਗ੍ਰੰਥ ਪੰਥ ਦਾ ਇਨਸਾਫ ਦਾ, ਉਹ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰੇਗਾ, ਹਾ ਦਾ ਨਾਰਾ ਮਾਰੇਗਾ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਾਹਿਬ, ਹੁਣ ਤੁਸੀਂ ਸ਼ਤਾਬਦੀ ਮਨਾਉਣੀ ਹੈ, ਅਸੀਂ ਚਾਹੁੰਦੇ ਚੜ੍ਹਦੀ ਕਲਾ ਦੇ ਨਾਲ ਮਨਾਓ, ਸਿਆਸਤ ਨਾ ਕਰੋ, ਪਰ ਜੇ ਇਨਸਾਫ ਮੋਰਚੇ ਦੀਆਂ ਮੰਗਾਂ ਨਹੀਂ ਮੰਨਦੇ, ਇਹ ਮਹਾਂਪੁਰਸ਼ ਸ਼ਾਮਲ ਨਹੀਂ ਹੋਣਗੇ। ਇਹਨਾਂ ਨੇ ਫੈਸਲਾ ਦੇ ਦਿੱਤਾ, ਮੋਰਚੇ ਦੀ ਸਟੇਜ ਤੋਂ ਅਨਾਊਂਸ ਕਰ ਦਿੱਤਾ, ਤੁਹਾਨੂੰ ਇਸ ਮੋਰਚੇ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ। ਅਸੀਂ ਵੀ ਚਾਹੁੰਦੇ ਕਿ ਤੁਸੀਂ ਮੋਰਚੇ ਦੀਆਂ ਮੰਗਾਂ ਮੰਨੋ ਤੇ ਸਾਰੀ ਕੌਮ ਚੜ੍ਹਦੀ ਕਲਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਨੂੰ ਮਨਾਵੇ। ਨਹੀਂ ਤੇ ਮਹਾਂਪੁਰਸ਼ਾਂ ਨੇ ਕਿਹਾ, ਸੰਤ ਸਮਾਜ ਮਹਾਂਪੁਰਖ ਪੰਥ ਵੱਖਰੀ ਸਟੇਜ ਲਾ ਕੇ ਸਰਕਾਰ ਤੋਂ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਵੇਗਾ। ਸਰਕਾਰ ਆਪਣੇ ਸਿਆਸਤ ਕਰੇ, ਪਰ ਪੰਥ ਆਪਣਾ ਗੁਰੂ ਸਾਹਿਬ ਦਾ ਗੁਰਪੁਰਬ ਮਨਾਵੇਗਾ, ਸ਼ਤਾਬਦੀ ਮਨਾਵੇਗਾ। ਸੁਆਓ ਗੁਰਮੁਖ ਪਿਆਰੇ ਜਥੇਦਾਰ ਬੂਟਾ ਸਿੰਘ ਰਣਸੀ, ਜਿਹੜੇ ਲਗਾਤਾਰ ਹਰ ਹਫ਼ਤੇ ਵੱਡੇ ਵੱਡੇ ਜਥੇ ਲੈ ਕੇ ਆਉਂਦੇ ਤੇ ਆਪ ਉੱਥੇ ਹਾਜ਼ਰ ਰਹਿੰਦੇ ਆ, ਅੱਜ ਵੀ ਵੱਡਾ ਜਥਾ ਧੱਲੇ ਕੇ ਨਗਰ ਤੋਂ ਹੋਰ ਕਈ ਨਗਰਾਂ ਤੋਂ ਲੈ ਕੇ ਆਏ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਉਹਨਾਂ ਨਾਲ ਭਾਈ ਬਬਲੂ ਰੋਡੇ ਦਾ, ਉਹਨਾਂ ਦੇ ਸਪੁੱਤਰ, ਉਹਨਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ, ਪੰਜ ਸਰਪੰਚ ਨਗਰਾਂ ਚ ਉਹਨਾਂ ਦੇ ਨਾਲ ਆਏ ਆ, ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਕਰਦੇ ਆ। ਸਾਡੇ ਸਰਦਾਰ ਰਾਮ ਸਿੰਘ ਸਿੱਧੂ ਚੰਡੀਗੜ੍ਹ ਤੋਂ ਆਏ ਨੇ ਗੁਰਮੁਖ ਪਿਆਰੇ, ਯੂਨਾਈਟਿਡ ਅਕਾਲੀ ਦਲ ਦੇ ਆਗੂ, ਅਸੀਂ ਸਵਾਗਤ ਕਰਦੇ ਹਾਂ।
ਸਰਦਾਰ ਸਰਬਜੀਤ ਸਿੰਘ ਸੌਲ ਔਰ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਹਰਿੰਦਰ ਸਿੰਘ ਜੀ ਖਾਲਸਾ ਬਠਿੰਡਾ ਜਿਹੜੇ ਫੈਡਰੇਸ਼ਨ ਆਗੂ ਨੇ ਵੱਡੀਆਂ ਸਭਾਵਾਂ ਕੌਮ ਵਿੱਚ ਕੀਤੀਆਂ ਉਹ ਵੀ ਇੱਥੇ ਆਏ ਆ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਗੁਰਮੁਖ ਪਿਆਰੇ ਬਾਬਾ ਰਾਜਾ ਰਾਜ ਸਿੰਘ ਮਾਲਵਾ ਤਰਨਾ ਦਾ ਅਰਬਾਂ ਖਰਬਾਂ ਨਿਹੰਗ ਸਿੰਘ ਦਲ ਪੰਥ ਘੋੜਿਆਂ ਸਮੇਤ ਇੱਥੇ ਹਾਜ਼ਰ ਨੇ ਔਰ ਬਾਬਾ ਮੋਹਨਦਾਸ ਜੀ ਬਰਗਾੜੀ ਵਾਲੇ ਮਹਾਤਮਾ ਉਦਾਸੀ ਨਿਰਮਲ ਮਹਾਤਮਾ ਵੱਡੀ ਗਿਣਤੀ ਚ ਇੱਥੇ ਹਾਜ਼ਰੀਆਂ ਨਵਾਰੇ ਨੇ ਇੱਕ ਜੋੜ ਦਾ ਅਸੀਂ ਸਵਾਗਤ ਕਰਦੇ ਹਾਂ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਇੱਥੇ ਹਾਜ਼ਰੀ ਲਵਾ ਰਹੇ ਹੈ ਉੱਥੇ ਗੁਰਮੁਖ ਪਿਆਰੇ ਦਸਤਾਰਾਂ ਦੀ ਸਿਖਲਾਈ ਦੇਣ ਵਾਲੇ ਕੈਂਪ ਲਾਉਣ ਵਾਲੇ ਭਾਈ ਗੁਰਸੇਵ ਸਿੰਘ ਭਾਣਾ ਇੱਥੇ ਹਾਜ਼ਰ ਨੇ ਜਿਨ੍ਹਾਂ ਨੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਨਾਮ ਤੇ 14 ਤਰੀਕ ਨੂੰ ਇਸ ਇਨਸਾਫ ਮੋਰਚੇ ਦੀ ਗਰਾਊਂਡ ਵਿੱਚ ਦਸਤਾਰ ਮੁਕਾਬਲੇ ਵੀ ਰੱਖੇ ਹੈ ਇਸ ਇਨਸਾਫ ਮੋਰਚੇ ਦੇ ਸਹਿਯੋਗ ਦੇ ਨਾਲ ਗੁਰਮੁਖ ਪਿਆਰੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਰਾਗੀ ਢਾਡੀ ਪ੍ਰਚਾਰਕ ਭਾਈ ਦਰਸ਼ਨ ਸਿੰਘ ਦਲੇਰ ਭਾਈ ਸਾਧੂ ਸਿੰਘ ਢੰਗੋ ਭਾਈ ਜਤਿੰਦਰਪਾਲ ਸਿੰਘ ਸਹਿਜਾ ਰੋਹਿਲਾ ਦਾ ਰਾਗੀ ਜਥਾ ਭਾਈ ਕੰਵਰਜੀਤ ਸਿੰਘ ਦੀ ਪ੍ਰਸਿੱਧ ਕਥਾ ਵਾਚਕ ਉੱਥੇ ਸਾਡੇ ਗੁਰਦੁਆਰਾ ਦਾਦੂ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪ੍ਰਦੀਪ ਸਿੰਘ ਨਗਾਰਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਔਰ ਇਸੇ ਤਰ੍ਹਾਂ ਪਿੰਡ ਡੋਮਰੂ ਕਲਾਂ ਤੇ ਜਥਾ ਪਹੁੰਚਿਆ ਧੰਨਵਾਦ ਕਰਦੇ ਹਾਂ ਪਿੰਡ ਭੱਲੇ ਕੇ ਤੇ ਜਥਾ ਪਹੁੰਚਿਆ ਧੰਨਵਾਦ ਕਰਦੇ ਹਾਂ ਪਿੰਡ ਬਘੇਲੇ ਵਾਲਾ ਤੇ ਜਥਾ ਪਹੁੰਚਿਆ ਮੁਕਤਸਰ ਸਾਹਿਬ ਤੋਂ ਬਾਘਾ ਪੁਰਾਣਾ ਤੋਂ ਕੋਕਰੀ ਕਲਾਂ ਤੋਂ ਸੰਗਤਾਂ ਦੇ ਜਥੇ ਆਏ ਹੈ ਬੈਲਜੀਅਮ ਦੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਪ੍ਰਬੰਧਾਂ ਦੀ ਸੇਵਾ ਭੇਜੀ ਹੈ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਸੁਖਾ ਨਾਨਕਾ ਭਾਈ ਗੁਰਦੇਵ ਸਿੰਘ ਭਾਈ ਮੰਦਰ ਸਿੰਘ ਵਾਂਗਰ ਔਰ ਇਸੇ ਤਰ੍ਹਾਂ ਪ੍ਰਸਿੱਧ ਰਾਗੀ ਸੂਰਮੇ ਸਿੰਘ ਭਾਈ ਸੀਤਲ ਸਿੰਘ ਸਤਾਰਾ ਇੰਗਲੈਂਡ ਉਹਨਾਂ ਦੇ ਵੱਲੋਂ 5,000 ਰੁਪਈਆ ਇਸ ਮੋਰਚੇ ਦੇ ਸਮਰਥਨ ਗੁਰੂ ਕੇ ਲੰਗਰਾਂ ਦੇ ਵਾਸਤੇ ਭੇਜਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਗੁਰਮੁਖ ਪਿਆਰੇ ਉਹਨਾਂ ਦੇ ਵੱਲੋਂ ਬਾਬਾ ਮੁਖਤਾਰ ਸਿੰਘ ਜੋ ਤੀਜੀ ਵਾਰ ਲੰਗਰ ਸਪਰੋੜ ਦੁਆਬੇ ਦੀ ਧਰਤੀ ਤੋਂ ਚੱਲ ਕੇ ਆਏ ਹੈ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਸੇਵਾਦਾਰ ਜਿਨ੍ਹਾਂ ਦੇ ਨਾਮ ਭਾਈ ਰਣਜੀਤ ਸਿੰਘ ਵਾਂਗਰ ਨੇ ਅਨਾਉਂਸ ਕੀਤੇ ਹੈ ਲਗਾਤਾਰ ਇੱਥੇ ਸੇਵਾ ਕਰ ਰਹੇ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਗੁਰੂ ਕੇ ਲੰਗਰਾਂ ਚ ਸੇਵਾ ਲੰਗਰ ਬਣਾਉਣ ਦੀ ਬਰਤਨ ਸਾਫ ਕਰਨ ਦੀ ਮਾਤਾਵਾਂ ਬੀਬੀਆਂ ਭੈਣਾਂ ਵੱਲੋਂ ਸੇਵਾ ਹੋ ਰਹੀ ਹੈ ਬਰਗਾੜੀ ਨਗਰ ਦੀਆਂ ਸੰਗਤਾਂ ਠੱਠੀ ਭਾਈ ਨਗਰ ਦੀਆਂ ਸੰਗਤਾਂ ਬਹਿਬਲ ਨਗਰ ਦੀਆਂ ਸਰਾਵਾਂ ਝੱਖੜ ਵਾਲਾ ਰਣ ਸਿੰਘ ਵਾਲਾ ਢਿਲਵਾ ਮੱਲ ਕੇ ਨਗਰ ਵੱਖ ਵੱਖ ਨਗਰਾਂ ਤੋਂ ਸੰਗਤਾਂ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੀਆਂ ਭਾਈ ਕਰਨੈਲ ਸਿੰਘ ਕਨੇਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਦਾ ਔਰ ਇਸੇ ਤਰ੍ਹਾਂ ਕੈਲੇ ਹੋਰਨੀਆਂ ਗੱਤਕਾ ਦਲ ਭਾਈ ਸਰਬਜੀਤ ਸਿੰਘ ਪ੍ਰਧਾਨ ਗੱਤਕਾ ਕੋਚ ਪੰਜਾਬ ਹੋਰ ਬਹੁਤ ਸਾਰੇ ਗੁਰੂ ਕੇ ਲੰਗਰਾਂ ਚ ਦਿਨ ਰਾਤ ਸੇਵਾ ਕਰ ਰਹੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇਸ ਮੋਰਚੇ ਦਾ ਸਮਰਥਨ ਕਰ ਰਹੇ ਹਾਂ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਗੁਰੂ ਪਿਆਰੇ ਜਿਹੜੇ ਮਾਈ ਭਾਈ ਦੇਸ਼ਾਂ ਪ੍ਰਦੇਸ਼ਾਂ ਵਿੱਚ ਗੁਰਬਾਣੀ ਸੁਬਾ ਸ਼ਾਮ ਦੇ ਨਿਤ ਨੇਮ ਉਪਰੰਤ ਔਰ ਗੁਰੂ ਘਰਾਂ ਦੇ ਅੰਦਰ ਆਪਣੇ ਘਰਾਂ ਦੇ ਅੰਦਰ ਇਸ ਮੋਰਚੇ ਦੀ ਸਫਲਤਾ ਦੀ ਅਰਦਾਸ ਬੇਨਤੀ ਕਰਦੇ ਹਾਂ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਗੁਰੂ ਪਿਆਰੇ ਇਹ ਮੋਰਚਾ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਹੈ ਚੜ੍ਹਦੀ ਕਲਾ ਦੇ ਨਾਲ ਚੱਲਣਾ ਇਹ ਜਿਹੜੀ ਮਿਣੀ ਪੱਗ ਬਾਦਲ ਤੇ ਕੈਪਟਨ ਕੇ ਇਸ ਮੋਰਚੇ ਨੂੰ ਸਫਲ ਕਰਨਾ ਚਾਹੁੰਦੇ ਆ ਆ ਤੁਹਾਡੀ ਸੰਗਤਾਂ ਦੀ ਆਮਦ ਦੀ ਸਪਰੇ ਨੇ ਆ ਮਿਣੀ ਪੱਗ ਖਤਮ ਕਰ ਦੇਣੀ ਹੈ ਇਨਸਾਫ ਹੋਣਾ ਸਾਹ ਮੁਹੰਮਦ ਅੰਤ ਨੂੰ ਸੋਈ ਹੋ ਸੀ ਜੋ ਕਰੂਗਾ ਖਾਲਸਾ ਪੰਥ ਮੀਆਂ ਆ ਬਰਗਾੜੀ ਦੀ ਧਰਤੀ ਤੇ ਇਨਸਾਫ ਹੋਵੇਗਾ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਨਾਲ ਇਸ ਮੋਰਚੇ ਦੀਆਂ ਕਾਨੂੰਨ ਮੰਗਾਂ ਨੇ ਤਿੰਨੇ ਮੰਨਣੀਆਂ ਪੈਣਗੀਆਂ ਇਨਸਾਫ ਦੇਣਾ ਪਵੇਗਾ ਗੁਰਮੁਖ ਪਿਆਰੇ ਇਨਸਾਫ ਤੋਂ ਭੱਜਿਆ ਨਹੀਂ ਜਾਣਾ ਜੇਕਰ ਇਨਸਾਫ ਤੋਂ ਭੱਜੇ ਇਹਨਾਂ ਦਾ ਹਸਰ ਵੀ ਜੋ ਅੱਜ ਬਾਦਲਾਂ ਦਾ ਹਸਰ ਉਹੀ ਹਸਰ ਕੈਪਟਨ ਦਾ ਹੋਵੇਗਾ ਜੇਕਰ ਇਨਸਾਫ ਨਾ ਦਿੱਤਾ ਤਾਂ ਇਨਸਾਫ ਦੇਣਾ ਪੈਣਾ
ਸਾਨੂੰ ਕਿਸੇ ਗੱਲ ਦੀ ਘਬਰਾਹਟ ਨਹੀਂ ਆ। ਭਾਵੇਂ ਆਈ ਐਸ ਆਈ ਕਹਿਣ, ਭਾਵੇਂ ਮਿਲੀਟੈਂਟ ਕਹਿਣ, ਭਾਵੇਂ ਫੰਡਾਂ ਦੀ ਗੱਲ, ਭਾਵੇਂ ਕਾਂਗਰਸੀ ਜੋ ਮਰਜ਼ੀ ਇਲਜ਼ਾਮਬਾਜ਼ੀ ਕਰਨ, ਅਸੀਂ ਗੁਰੂ ਕੇ ਸੇਵਕ ਸਿੱਖ ਆ, ਪੰਥ ਦੇ ਸੇਵਾਦਾਰ ਆ, ਇਨਸਾਫ ਪਸੰਦ ਆ, ਇਨਸਾਫ ਚਾਹੁੰਦੇ ਆ। ਪੂਰੇ ਅਮਨ ਤੇ ਸ਼ਾਂਤਮਈ ਤਰੀਕੇ ਦੇ ਨਾਲ ਉਹ ਸਰਕਾਰਾਂ ਨੂੰ ਕਰਨਾ ਪਵੇਗਾ ਸਵਾਲ। ਗੁਰੂ ਪਿਆਰੇ ਭਾਈ ਜਸਵਿੰਦਰ ਸਿੰਘ ਸਾਹਿਬ, ਮਾਤਾ ਹਰਬੰਸ ਕੌਰ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਜਿਹੜੇ ਲਗਾਤਾਰ ਇੱਥੇ ਸੇਵਾਵਾਂ ਨਿਭਾਉਂਦੇ ਆ। ਗੁਰੂ ਕੇ ਸਿੱਖ ਮਾਈ ਭਾਈ ਰੋਜ਼ਾਨਾ ਹਾਜ਼ਰੀਆਂ ਭਰਦੇ ਔਰ ਸੇਵਾਵਾਂ ਕਰਦੇ ਆ, ਦਿਲ ਦੀਆਂ ਗਹਿਰਾਈਆਂ ਚੋਂ ਸਾਡੇ ਵੱਲੋਂ ਧੰਨਵਾਦ। ਮੈਂ ਉਹਨਾਂ ਪੱਤਰਕਾਰ ਵੀਰਾਂ ਨੂੰ ਵਿਸ਼ੇਸ਼ ਕਰਕੇ ਬੇਨਤੀ ਕਰੂੰਗਾ ਜਿਹੜੇ ਬਾਦਲ ਕਰ ਕਰਕੇ ਢਹੇ ਚੜ ਕੇ ਗੁੰਮਰਾਹ ਹੋਣ, ਅਖਬਾਰਾਂ ਵਿੱਚ ਖਬਰਾਂ ਲਾਉਂਦੇ ਆ, ਉਹ ਸੁਚੇਤ ਹੋ ਜਾਣ। ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਬਾਦਲਾਂ ਦੇ ਕੈਪਟਨਾਂ ਨੂੰ ਪੰਥ ਨੇ ਪੰਜਾਬ ਨੇ ਮੁਆਫ ਨਹੀਂ ਕਰਨਾ। ਜੇ ਤੁਹਾਡੀ ਕਲਮ ਵੀ ਇਸ ਇਨਸਾਫ ਮੋਰਚੇ ਨਾਲ ਇਨਸਾਫ ਨਾ ਕਰ ਸਕੀ, ਤੁਹਾਨੂੰ ਵੀ ਤੁਹਾਡੇ ਪੰਥ ਨੇ, ਪੰਜਾਬ ਨੇ ਤੇ ਤੁਹਾਡੀ ਆਤਮਾ ਨੇ ਵੀ, ਤੁਹਾਡੀ ਜ਼ਮੀਰ ਨੇ ਤੁਹਾਨੂੰ ਮੁਆਫ ਨਹੀਂ ਕਰਨਾ। ਇਸ ਕਰਕੇ ਕਲਮਾ ਘਸਾਓ, ਇਨਸਾਫ ਦੀ ਆਵਾਜ਼ ਲਈ ਟੀਵੀ ਚੈਨਲ ਅਖਬਾਰਾਂ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰੋ। ਜਿਹੜੇ ਪੂਰਨ ਸ਼ਾਂਤਮਈ ਤਰੀਕੇ ਨਾਲ ਅਸੀਂ ਇਨਸਾਫ ਮੰਗ ਰਹੇ ਹਾਂ, ਦੂਜੇ ਪਾਸੇ ਉਹ ਲੋਕ ਜਿਹੜੇ ਲੋਕਤੰਤਰ ਦਾ ਲੌੜਾ ਪਾ ਕੇ ਲੋਕਤੰਤਰ ਦਾ ਕਤਲ ਕਰ ਰਹੇ ਆ, ਜਿਹੜੇ ਕਹਿੰਦੇ ਆ ਠੋਕ ਦਿਆਂਗੇ, ਪਰਚੇ ਕਰ ਦਿਆਂਗੇ, ਘੜੀਸ ਕੇ ਐਸਐਸਪੀ ਥਾਣੇ ਚ ਲੈ ਜਾਂਗੇ, ਆ ਮੋਰਚੇ ਵਾਲਿਆਂ ਨੂੰ ਅੰਦਰ ਧੱਕ ਦਿਆਂਗੇ। ਇਹਨਾਂ ਲੋਕਾਂ ਤੋਂ ਸੁਚੇਤ ਹੋ, ਜਿਹੜੇ ਸਰਿਆਮ ਲਲਕਾਰੇ ਮਾਰਦੇ ਅਮਨ ਸ਼ਾਂਤੀ ਨੂੰ ਲਾਂਬੂ ਲਾ ਰਹੇ ਆ, ਇਨਸਾਫ ਨੂੰ ਲਾਂਬੂ ਲਾ ਰਹੇ ਆ, ਇਹਨਾਂ ਲੋਕਾਂ ਤੋਂ ਸੁਚੇਤ ਹੋ ਤੇ ਸੁਚੇਤ ਕਰੋ ਸਵਾਲ। ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ, ਨਖੇੜਾ ਕਰ ਦੋ। ਆ ਰੈਲੀਆਂ ਸੱਤ ਨੂੰ ਮਲੋਟ ਲੰਬੀ ਤੇ ਆਪਣਾ ਪਟਿਆਲੇ ਵਾਲੇ ਪਾਸੇ, ਇੱਕ ਪਾਸੇ ਬੇਅਦਬੀ ਦੇ ਦੋਸ਼ੀਆਂ ਨੂੰ ਸਦਰ ਛਾਇਆ ਦੇਣ ਵਾਲੇ, ਜਿਨ੍ਹਾਂ ਦੇ ਰਾਹ ਚ ਬੇਅਦਬੀ ਹੋਈ ਸਿੰਘ ਸ਼ਹੀਦ ਹੋਏ, ਦੂਜੇ ਪਾਸੇ ਉਹਨਾਂ ਨੂੰ ਬਚਾਉਣ ਵਾਲੇ, ਤੀਜੇ ਪਾਸੇ ਇਨਸਾਫ ਦੀ ਮੰਗ ਵਾਲੇ। ਉਹਨਾਂ ਨੇ ਬਰਗਾੜੀ ਕੋਟਕਪੂਰੇ ਇਕੱਠੇ ਹੋਣਾ ਸਾਰਿਆਂ ਚੜ੍ਹਦੀ ਕਲਾ ਦੇ ਨਾਲ, ਤੇ 14 ਤਰੀਕ ਨੂੰ ਅਸੀਂ ਉਹਨਾਂ ਸ਼ਹੀਦਾਂ ਦਾ ਦਿਨ ਬਰਗਾੜੀ ਦੀ ਦਾਣਾ ਮੰਡੀ ਚ ਚੜ੍ਹਦੀ ਕਲਾ ਦੇ ਨਾਲ ਮਨਾਉਣਾ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨਾ। ਕੋਈ ਵੀ ਜਥੇਬੰਦੀ ਧਾਰਮਿਕ ਰਾਜਨੀਤਿਕ, ਕੋਈ ਵੀ ਮਹਾਂਪੁਰਖ, ਕੌਮ ਦਾ ਬੱਚਾ ਬੱਚਾ ਇਨਸਾਫ ਪਸੰਦ 14 ਅਕਤੂਬਰ ਨੂੰ ਰਹਿ ਨਾ ਜਾਏ, ਜਿਹੜਾ ਬਰਗਾੜੀ ਦੀ ਦਾਣਾ ਮੰਡੀ ਚ ਨਾ ਆਵੇ। ਆ ਬਰਗਾੜੀ ਦੀ ਦਾਣਾ ਮੰਡੀ, ਬਰਗਾੜੀ ਦੀਆਂ ਸੜਕਾਂ ਸੰਗਤਾਂ ਦੇ ਨਾਲ ਭਰ ਦੇ, ਇਨਸਾਫ ਪਸੰਦ ਲੋਕਾਂ ਦੀ ਆਵਾਜ਼ ਚੰਡੀਗੜ੍ਹ ਤੇ ਦਿੱਲੀ ਚ ਬੈਠੇ ਹੈ ਹਾਕਮਾਂ ਦੇ ਬੋਲੋ ਕੰਨਾਂ ਤੱਕ ਪਹੁੰਚ ਜਾਵੇ ਸਵਾਲ। ਸਾਰੇ ਬੁਲੰਦ ਆਵਾਜ਼ ਦੇ ਅੰਦਰ ਆਪਾਂ ਤਿੰਨੇ ਮੰਗਾਂ ਨੂੰ ਦੁਹਰਾ ਲਈਏ ਤੇ ਪੰਥ ਸਾਰਿਆਂ ਚ ਗੂੰਜਾਂ ਪਾ ਦਈਏ। ਸਾਰੇ ਚੜ੍ਹਦੀ ਕਲਾ ਦੇ ਨਾਲ ਆਓ ਤੇ 14 ਤਰੀਕ ਯਾਦ ਰੱਖਣੀ ਹੈ, ਇੱਥੇ ਸ਼ਹੀਦਾਂ ਦਾ ਦਿਨ ਮਨਾਇਆ ਜਾਣਾ, ਬੇਅਦਬੀ ਦੇ ਇਨਸਾਫ ਦੀ ਆਵਾਜ਼ ਬੁਲੰਦ ਕਰਨੀ ਹੈ। ਹਰ ਐਤਵਾਰ ਅੰਮ੍ਰਿਤ ਸੰਚਾਰ ਹੁੰਦਾ, ਮਹਾਂਪੁਰਖ ਰਾਗੀ ਢਾਡੀ ਪ੍ਰਚਾਰਕ ਨਿੱਤ ਦੀਵਾਨ ਸਜਾਉਂਦੇ ਆ ਦਿਨ ਰਾਤ, ਰਾਤ ਨੂੰ ਵੀ 8 ਤੋਂ 11 ਵਜੇ ਤੱਕ ਕੀਰਤਨ ਦਰਬਾਰ ਸਜਦੇ ਆ, ਔਰ ਦਿਨੇ ਵੀ ਸਾਰਾ ਦਿਨ ਤੇ ਹਰ ਐਤਵਾਰ ਦਾਸਵੀਂ ਦੀਵਾਨ ਦੀ ਹਾਜ਼ਰੀ ਭਰਦਾ ਆ ਰਿਹਾ। ਰੋਜ਼ਾਨਾ ਸੰਗਤਾਂ ਦਾ ਧੰਨਵਾਦ ਗੁਰਮੁਖ ਪਿਆਰੇ, ਜੋ ਸੰਗਤਾਂ ਨਾਲ ਬਚਨ ਸਾਂਝੇ ਕਰੀਦੇ ਆ। ਆਪ ਸੰਗਤਾਂ ਇਹਨਾਂ ਬੇਨਤੀਆਂ ਤੇ ਪਹਿਰਾ ਦਿਓ ਤਾਂ ਕਿ ਆਪਾਂ ਇਨਸਾਫ ਲੈ ਕੇ ਸਫਲਤਾ ਦੇ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਇਸ ਮੋਰਚੇ ਨੂੰ ਫਿਰ ਸਮਾਪਤ ਕਰਾਂਗੇ। ਚੜ੍ਹਦੀ ਕਲਾ ਦੇ ਨਾਲ ਸਵਾਲ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਸੰਤ ਮਹਾਂਪੁਰਖ ਧਾਰਮਿਕ ਆਗੂ ਤੇ ਸੰਗਤਾਂ ਬੁਲੰਦ ਆਵਾਜ਼ ਵਿੱਚ ਬਾਹਾਂ ਖੜੀਆਂ ਕਰਕੇ, ਤੇ ਕੋਈ ਰਸਨਾ ਵਾਂਝੀ ਨਾ ਰਹੇ, ਕੋਈ ਬਾਂਹ ਹੇਠਾਂ ਨਾ ਰਹੇ। ਆਓ ਸਾਰੇ ਆਪਣੀਆਂ ਮੰਗਾਂ ਨੂੰ ਦੁਹਰਾ ਲਈਏ, ਦੇਵਜੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਬੈਬਲ ਕੋਟ ਕਪੂਰਾ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ,
ਹਜ਼ੂਰ ਤੇ ਵਿਸ਼ਰਾਮ ਰਹਿ ਧੰਨਵਾਦ। ਆਉਣ ਵਾਲੇ ਦਿਨਾਂ ਚ